ਠੇਠ ਹਰਿਆਣਾ ਦੇਖਣ ਵਾਲਿਆਂ ਨੇ ਸਾਰਿਆਂ ਨੇ ਜੁਗਾੜੀ ਪੱਤਰਕਾਰ ਪਵਨ ਗਿੱਲ ਕੀ ਰਾਮ ਰਾਮ ਅੱਜ ਤਾਂ ਮੈਂ ਮਿਲਾਂ ਹਾਂ ਭਾਈ ਚੰਬਲ ਕੀ ਘਾਟੀ ਵਾਲਾ ਯੂਟਿਊਬਰ ਅਮਿਤ ਬੋਸ ਨਰਵਾਣਾ ਰਾਮ ਰਾਮ ਭਾਈ ਰਾਮ ਰਾਮ ਜੀ ਬੜੇ ਭਾਈ ਦਾ ਬਹੁਤ ਬਹੁਤ ਧੰਨਵਾਦ ਹੈ ਇਤਨਾ ਟਾਈਮ ਨਿਕਾਲਣੇ ਕੇ ਲਈ ਮਿਲਣੇ ਕੇ ਲਈ ਦਿਲ ਕੇ ਕਰਾਈ ਉਸੇ ਧੰਨਵਾਦ ਔਰ ਸਭ ਤੋਂ ਬੜਾ ਥੈਂਕ ਯੂ ਤਾਰਾ ਹੈ ਭਾਈ ਇਤਨਾ ਪਿਆਰ ਦਿੰਦੇ ਹੋ ਆਪਣਾ ਪਨ ਦਿੰਦੇ ਹੋ ਸਪੋਰਟ ਕਰਦੇ ਹੋ ਦਿਲ ਕੇ ਕਰਾਈ ਜਾਂਦਾ ਹੈ ਇੱਕ ਵਾਰ ਫਿਰ ਥੈਂਕ ਯੂ ਮੈਂ ਆਪਕਾ ਆਪਣਾ ਅਮਿਤ ਬੋਸ ਨਰਵਾਣਾ ਹਰ ਵਰਲਡ ਮੇ ਬਜਾਣਾ ਇੱਕ ਬਾਤ ਹੋਤਾ ਜਿਵੇਂ ਇਹ ਤਾਂ ਸਾਰਿਆਂ ਨੇ ਜਿਤਨੇ ਹਰਿਆਣਾ ਦੇ ਛੋਟੇ ਵੱਡੇ ਯੂਟਿਊਬਰ ਹੈ ਜਿਤਨੇ ਵੀ ਸਾਰਿਆਂ ਨੇ ਮੋਟੀਵੇਸ਼ਨ ਦੇਣ ਦਾ ਕੰਮ ਹੀ ਭਾਈ ਲੱਗ ਰਿਹਾ ਕਰਨ ਅਰਾਜ ਮੇਰਾ ਡਾਕੋ ਢੇੜਾ ਹ ਲੱਗ ਰਹਾ ਤਾਂ ਮਾ ਭਾਈ ਤੇ ਮਿਲਿਆ ਕਈ ਦਿਨ ਕੀ ਛੋਰੀ ਦੇ ਰੇ ਕਿਸਕੇ ਨੂੰ ਫਵੜਾ ਕਰਿਆ ਢਾਲ ਭਾਈ ਇਹਨੇ ਪ੍ਰੈਕਸ਼ਨ ਇਹ ਬੋਲਿਆ ਕਰਾ ਅੰਗਰੇਜ਼ੀ ਮੇ ਬੋਲਿਆ ਰਹਾ ਉਹਨਾਂ ਮਨ ਬੜੇ ਭਾਵ ਹੈ ਤਾਂ ਭਾਈ ਤਨੇ ਕੈਕ ਸਾਲ ਹੋ ਗਏ YouTube ਮੇ ਕੰਮ ਕਰਦਾਨ ਆਪਣੇ ਭਾਈ ਸਾਹਿਬ ਹੈ दो हजार पंद्रह का चैनल है तो लगातार उतार चढ़ाव, दुख सुख है आपके प्यार दो हजार पच्ची तक है घनखरा हरियाणा ने यूट्यूबर बनाया जाएंगे भाई या पक्का धरता था। है मतलब पक्का प्रोमिस करू हूँ वह एक अलग बात है जब मर गया तो अलग बात है है आजकल यूट्यूब में ਲੋਗ ਇੱਕ ਦੂਸਰੇ ਨਾਲ ਪਾਛਾ ਖਾਂਚਣ ਦਾ ਜ਼ਰੂਰ ਦੇਖਿਆ ਲੇਕਿਨ ਤਿਰਮੇ ਇਸੇ ਖਾਸੀਅਤ ਦੇਖੀ ਮੈਂ ਤੋਂ ਮੋਟੀਵੇਸ਼ਨ ਲੱਗ ਰਿਹਾ ਕਰਨ ਵਾਲਾ ਭਾਈ ਇਹ ਮੇਰੇ ਮਾਪੇ ਕੇ ਜੋ ਮਤਲਬ ਆਚਰਣ ਕਹਿ ਲਿਓ ਜਾਂ ਸਦਾਚਾਰ ਕਹਿ ਲਿਓ ਜਾਂ ਉਹਨਾਂ ਮਤਲਬ ਆਪ ਬੜਕਪਣ ਕਹਿ ਲਿਓ ਉਹਨਾਂ ਦਾ ਅਸ਼ੀਰਵਾਦ ਕਹਿ ਲਿਓ ਉਹਨਾਂ ਤਾਂ ਪ੍ਰੇਰਿਤ ਹੋ ਕੇ ਮੈਂ ਅੱਛਾ ਕੰਮ ਕਰ ਰਿਹਾ ਹਾਂ ਇਹ ਮੇਰੇ ਮਾਪੇ ਦਾ ਮਤਲਬ ਆਪ ਅਸ਼ੀਰਵਾਦ ਕੇ ਸਾਥ ਜਾਂ ਸੰਸਕਾਰ ਕੇ ਸਾਥ ਹੈ ਮਤਲਬ ਆਪਣਾਪਣ ਹੈ ਜੋ ਉਹਨਾਂ ਦਾ ਮੇਰੇ ਲਈ ਔਰ ਜੋ ਉਹਨਾਂ ਦਾ ਉਹ ਮਤਲਬ जो मतलब उनकी आत्मा का वो है नहीं मतलब एक शरीफपणा है तो वो मेरे अंदर कूट-कूट के भरा है और उनके उस टाइम पे कह गए मेरे पिताजी मैं उम्मीद वोस्तुजू करिये दुनिया तेरी गेल चलेगी तो आप मतलब अच्छे बनोगे दूसरों को अच्छे बनाओगे किसी का भला करो मतलब आत्मा ने शांति मिला है यो काम मैं पीछा में भी कर सकूं पीछा वाले भी बहुत आजा आटा कोनी लेकिन मैं ठणनी लेता भाई घर आता बल्कि ल्याणा छोड़काना 10 20 ਠੰਡਾ ਤਾਤਾ ਔਰ ਘਰਾਂ ਤੇ ਲਾਵਾ ਕੁਛ ਰੁਨਾ ਕੁਛ ਲੇਕਿਨ ਉਸ ਤੱਕ ਇਹ ਹੈ ਦੋ ਬਾਈ ਮੋਟੀਵੇਟ ਹੋਵਾਂਗੇ ਯਾਰ ਜੇ ਕਿਸੇ ਉਹ ਅਗਰ ਬਸ ਗਿਆ ਨਹੀਂ ਕਹਿ ਲਾ ਜੇ ਉਹ ਬੜਾ ਲੈਵਲ ਬਜਾਵਾਗਾ ਚਾ ਬੜਾ ਲੈਵਲ ਪਰ ਨਾ ਵੀ ਜਾਓ ਚਾ ਛੋਟਾ ਲੈਵਲ ਪਰ ਰਹੋ ਕਹਿ ਲਾ ਉਹਨੂੰ ਕਹਾ ਬਾਈ ਮੀਤ ਬੋਸ ਕੀ وجہ ਤੇ ਅੱਜ ਮੈਂ ਉਰ ਤੱਕ ਪਹੁੰਚਿਆ ਹੂੰ ਤਾਂ ਉਹ ਸਭ ਤੋਂ ਵੱਡੀ ਬਾਤ ਹੈ ਔਰ ਵਾਇ ਚੀਜ਼ ਚਾਹੀਏ ਮੈਨਾਂ ਬਾਈ ਇਚਾਰਾ ਚਾਹੀਏ ਆਪਸ ਵਿੱਚ ਮਿਲਦੁਲ ਕੇ ਚੱਲਾਂਗੇ ਨਹੀਂ ਜ਼ਿੰਦਗੀ ਮੈਂ ਇੱਕ ਦਿਨ ਨੈਕਸਟ ਲੈਵਲ ਜ਼ਰੂਰ ਆਵਾਂਗਾ ਲੇਕਿਨ ਟਾਈਮ ਲੱਗਾ ਥੋੜਾ ਇੱਕ ਵਾਰ ਤੋਂ ਤੁਹਾਨੂੰ ਨਾ ਕਹਿੰਦੇ ਕਿ ਯੂਟਿਊਬਰ ਹੈ ਨਹੀਂ ਕੋਈ ਆਫਿਸ ਕੋਈ ਕਟੋੜੀਆਂ ਕੋਈ ਵੱਡਿਆ ਸਟੈਂਡਰਡ ਵਾਲੀ ਲਾਈਫ ਹਰ ਤੋਂ ਐਡਾ ਸੰਭਲ ਗਈ ਘਾਟੀ ਨਹੀਂ ਪੜਿਆ ਬਾਈ ਬਾਈ ਨੂੰ ਆ ਦੇਖੋ ਮੈਂ ਦਿਖਾਵਾ ਮੈਨੂੰ ਜੀਣਾ ਚਾਹੁੰਦਾ ਇਹ ਆਫਿਸ ਲੈ ਲੂੰਗਾ ਆਫਿਸ ਵਿੱਚ ਚਾਰ ਪੰਜ ਮਲੰਗ ਪੜੇ ਰਵਾਂਗੇ ਨੈਗੇਟਿਵਿਟੀ ਫੈਲ ਲੱਗੀ ਉਹੜਾ ਲੇਕਿਨ ਜੇ ਮੈਂ ਕੱਲਾ ਮੈਂ ਮਿਲੂੰਗਾ ਬਾਈ ਨੇ ਕਿਉਂਕਿ ਮੇਰਾ ਉਦੇਸ਼ ਹੈ ਸਮਝਾਣ ਦਾ ਔਰ ਉਸ ਜਿਸ ਬਾਈ ਜੋ ਆਵਾਗਾ ਉਸਕਾ ਉਦੇਸ਼ ਹੈ ਸਮਝਣ ਦਾ तो दुनवा काम हो गया वो मैंने दिया। बात खत्म है प्याज दो अपना जगह शांत माहौल है और, तो और कामयाब होने के लिए शांत माहौल होना इनकम तो नहीं भाई <laughs> भाई मैं ट्यूशन का काम करता हूँ ट्यूशन की ठीक है इनकम अपनी लेकिन यूट्यूब पर इनकम आगी तो वीडियो आगी स्पेशल क्योंकि मोटिवेट का काम अपना डिमोटिवेट का काम नहीं है लेकिन आप आगे बढ़ो इनकम आएगी जरूर لیکن کئی بار چھوٹی چھوٹی غلطیاں ہیں نا زندگی میں تھوڑی سی اُلجھن ڈال دیتی ہیں لیکن آپ کا پیار رہے گا تو سب کچھ بہت بڑھیا ہمارے درشکنوں کے ایک સંદેશ دینا چاہوں بھائی درشکووں کو یہی کہنا چاہیں گے بھائی صاحب بڑے بھائی صاحب اپنے پون جی کو سپورٹ کرو ویڈیو پوری دیکھا کرو لائک کریا کرو پانچ پانچ 10 10 ہر ایک بندہ کمنٹ کریا کرو تاکہ بھائی صاحب اگے بڑھا ہے اور ہر ایک واٹس ایپ گروپ فیس بک اور انسٹاگرام گروپ میں جو بھی آپ کے پاس شیئر کریا کرو تاکہ اپنا ہریانہ نرواణా بھارت اٹھھے اور سارے مل جل کے اگے بڑھیں ਔਰ ਗੱਲਾਂ ਕੁਛ ਨਹੀਂ ਲੈ ਜਾਣਾ ਪਿਆਰ ਬਣਾਏ ਰੱਖਿਓ ਪੀਸਾ ਫੇਰ ਕਮਾ ਲੈਾਂਗੇ